ਪੁਲਿਸ ਹੈਲਪਲਾਈਨ ਦੀ ਦੁਰਵਰਤੋਂ ਕਰਕੇ ਇੱਕ ਵਿਅਕਤੀ ਵੱਲੋਂ ਜ਼ਮੀਨੀ ਝਗੜੇ ਦੀ ਤਰੀਕ ਭੁਗਤਣ ਜਾ ਰਹੀ ਵਿਰੋਧੀ ਧਿਰ ਖਿਲਾਫ ਝੂਠੀ ਇਤਲਾਹ ਦੇ ਕੇ ਉਹਨਾਂ ਨੂੰ ਥਾਣੇ ਫੜਾਇਆ ਗਿਆ ਹੈ। ਪੁਲਿਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਗੱਡੀ ਵਿੱਚੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੈਂਬਰ ਦੀਦਾਰ ਸਿੰਘ ਚਾਹੜਪੁਰ ਨੇ ਦੱਸਿਆ ਕਿ ਉਹਨਾਂ ਦਾ ਅਜਨਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਜਸਵੀਰ ਸਿੰਘ ਬਾਜਵਾ ਨਾਲ ਜ਼ਮੀਨੀ ਝਗੜਾ ਚੱਲਦਾ ਹੈ ਅਤੇ ਜ਼ਿਲ੍ਹਾ ਮਾਲ ਅਫਸਰ ਦੇ ਦਫ਼ਤਰ ਵਿਖੇ ਤਰੀਕ ਸੀ ਤੇ ਉਹ ਗੱਡੀ ਤੇ ਆਪਣੇ ਸਾਥੀਆਂ ਸਮੇਤ ਅੰਮ੍ਰਿਤਸਰ ਜਾ ਰਹੇ ਸਨ। ਸਰ, ਸਾਡੀ ਨਾ ਜ਼ਮੀਨ ਦਾ ਫਰੋਡ ਕੀਤਾ ਸੀ ਬਾਜਵੇ ਜਸਵੀਰ ਸਿੰਘ ਬਾਜਵੇ ਨੇ ਤੇ ਜਾਲੀ ਮੁਖਤਾਰਨਾਮੇ ਤੇ ਰਜਿਸਟਰੀ ਕਰਵਾਈ ਸੀ। ਸਾਡੀ ਡੀ ਆਰ ਓ ਸਾਹਿਬ ਦੇ ਅੰਮ੍ਰਿਤਸਰ ਤਰੀਕ ਸੀਗੀ ਤੇ ਅਸੀਂ ਸਪਾਰੀ ਗੱਡੀ ਤੇ ਜਾ ਰਹੇ ਸੀ ਅੰਮ੍ਰਿਤਸਰ ਤਰੀਕ ਤੇ। ਬਾਜਵਾ ਸਾਹਿਬ ਚਲ ਗਏ ਪਹਿਲੋਂ ਤੇ ਉਹ ਤਲਾਹ ਦੇ ਗਏ ਪੁਲਿਸ ਨੂੰ ਝੂਠੀ ਵੀ ਇਹਨਾਂ ਕੋਲ ਪਾਕਿਸਤਾਨ ਤੋਂ ਬੰਦੇ ਆਏ ਨੇ ਲੈ ਕੇ ਆਏ ਆ। ਗੱਡੀ ਨੰਬਰ ਦਿੱਤਾ ਜੀ, ਹਥਿਆਰ ਦਿੱਤੇ ਵੀ ਗੱਡੀ 'ਚ ਬਹੁਤ ਹਥਿਆਰ ਆ, ਜਾਲੀ ਡਾਕੂਮੈਂਟ ਨੇ ਉਹ ਵਗੈਰਾ ਵਗੈਰਾ ਕਰਕੇ ਤੇ ਸਾਨੂੰ ਇੱਥੇ ਅਸੀਂ ਨਾਲੇ ਚੌਂਕ 'ਚ ਡੱਕਿਆ ਗਿਆ। ਅਸੀਂ ਗੱਡੀ ਰੋਕੀ ਆ, ਸਾਡੀ ਗੱਡੀ ਤਲਾਸ਼ੀ ਹੋਈ, ਸਾਡੀ ਗੱਡੀ 'ਚੋਂ ਕੁਛ ਨਹੀਂ ਨਿਕਲਿਆ ਜੀ। ਕਿਸਾਨ ਯੂਨੀਅਨ ਦੇ ਅਸੀਂ ਬੰਦੇ ਹਾਂ, ਭਾਰਤ ਕਿਸਾਨ ਯੂਨੀਅਨ ਦੇ ਏਕਤਾ ਗ੍ਰਾਹਾਂ ਦੇ, ਝੰਡਾ ਸਾਡਾ ਮੌਜੂਦ ਸੀ ਮੌਕੇ 'ਤੇ ਲੱਗਾ। ਫਿਰ ਸਾਨੂੰ ਥਾਣੇ ਲਿਆਂਦਾ ਗਿਆ, ਥਾਣੇ ਗੱਡੀ ਬੰਦ ਕੀਤੀ ਗਈ ਜੀ। ਫਿਰ ਸਾਡੇ ਪ੍ਰਧਾਨ ਸਾਹਿਬ ਆਏ ਨੇ, ਹੁਣ ਲਿਖਤੀ ਦਰਖਾਸਤ ਦਿੱਤੀ ਆ ਬਾਜਵਾ ਸਾਹਿਬ ਦੇ ਖਿਲਾਫ਼ ਅਤੇ ਹੁਣ ਵੇਖੋ ਬਾਕੀ ਬੰਦ ਦੀ ਕਾਰਵਾਈ। ਪੁਲਿਸ ਨੇ ਕਿਹਾ ਤੁਹਾਡੀ ਗੱਡੀ 'ਚ ਹਥਿਆਰ ਆ, ਤੁਸੀਂ ਪਾਰ ਦੇ ਬੰਦੇ ਆਏ ਜੋ, ਪਾਰ ਦੇ ਬੰਦੇ ਤੁਸੀਂ ਲੰਘ ਕੇ ਆਏ ਜੋ ਇੱਧਰ, ਅਤੇ ਪਾਰੋਂ ਨਾਲੇ ਬੰਦੇ ਲਿਆਂਦੇ ਤੁਸੀਂ ਪਾਰ ਦੇ ਬੰਦੇ ਜੋ। ਨਾਕਾਬੰਦੀ ਜੀ ਨਾਲੇ ਤੋਂ ਲੈ ਕੇ ਅੰਮ੍ਰਿਤਸਰ ਬਾਈਪਾਸ ਤੱਕ ਜੋ। ਹਾਂਜੀ, ਅਸੀਂ ਚਾਹੁੰਦੇ ਹਾਂ ਵੀ ਬਾਜਵਾ ਸਾਹਿਬ 'ਤੇ ਬੰਦ ਦੀ ਕਾਰਵਾਈ ਕੀਤੀ ਜਾਏ। ਇੱਕ ਤਾਂ ਉਹਨੇ ਪੁਲਿਸ ਨੂੰ ਗੁੰਮਰਾਹ ਕੀਤਾ ਹੋਇਆ ਵਾ, ਇੱਕ ਸਾਨੂੰ ਉਹਨੇ ਗੁੰਮਰਾਹ ਕੀਤਾ, ਇੱਕ ਸਾਡੀ ਡੀ ਆਰ ਓ ਸਾਹਿਬ ਦੇ ਤਰੀਕ ਹੀ ਉੱਤੋਂ ਅਸੀਂ ਐਬਸੈਂਟ ਹੋਏ ਹਾਂ ਤੇ ਸਾਨੂੰ ਬੰਦ ਦੀ ਇਨਸਾਫ ਦਿੱਤਾ ਜਾਵੇ। ਉੱਥੇ ਹੀ ਇਸ ਸੰਬੰਧੀ ਯੂਨੀਅਨ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੰਮਰਾਹ ਕਰਕੇ ਝੂਠੀ ਇਤਲਾਹ ਦੇਣ ਵਾਲੇ ਜਸਵੀਰ ਸਿੰਘ ਬਾਜਵਾ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਲਾਕ ਪ੍ਰਧਾਨ ਅਜਨਾਲਾ ਕਮੇਟੀ ਦਾ, ਇਹ ਸਾਡੇ ਵਰਕਰ ਨੇ ਸਾਡੀ ਜਥੇਬੰਦੀ ਨਾਲ ਚੱਲਦੇ, ਇਹਨਾਂ ਦਾ ਜ਼ਮੀਨ ਦੇ ਸੰਬੰਧ ਦੇ ਵਿੱਚ ਜਿਹੜਾ ਕੇਸ ਆ ਅੰਮ੍ਰਿਤਸਰ ਚੱਲਦਾ ਆ, ਉਹਦੀ ਅੱਜ ਤਰੀਕ ਭੁਗਤਣ ਲਈ ਜਸਵੀਰ ਬਾਜਵਾ ਜੀ ਦੇ ਵਿਰੁੱਧ ਕੇਸ ਚੱਲ ਰਿਹਾ। ਉਹ ਤਰੀਕ ਭੁਗਤਣ ਜਾਣ ਡਿਆ ਅੱਜ ਜਸਵੀਰ, ਉਹ ਜਿਹੜਾ ਬਾਜਵਾ ਉਹਨੇ ਕੀਤਾ ਵੀ ਪੁਲਿਸ ਨੂੰ ਝੂਠੀ ਇੱਕ ਇਤਲਾਹ ਦੇ ਕੇ ਵੀ ਇਹ ਗੱਡੀ 'ਤੇ ਇਹਨਾਂ ਦਾ ਗੱਡੀ ਦਾ ਨੰਬਰ ਦੇ ਕੇ, ਗੱਡੀ ਜਿਹੜੀ 'ਤੇ ਜਾ ਰਿਹਾ ਜਥੇਬੰਦੀ ਦਾ ਝੰਡਾ ਲੱਗਾ ਹੈ ਵੀ ਉਹਦੇ 'ਚ ਬਹੁਤ ਵੱਡੇ ਹਥਿਆਰ ਵੱਡੀ ਪੱਧਰ 'ਤੇ ਆ ਰਹੇ, ਪਰੋਂ ਬੰਦੇ ਆਏ ਨੇ, ਉਹ 10 ਵਜੇ ਤੱਕ ਅੰਮ੍ਰਿਤਸਰ ਪਹੁੰਚ ਜਾਣਗੇ, ਕਿਉਂਕਿ ਉਹਨੇ 10 ਵਜੇ ਦਾ ਟਾਈਮ ਤਾਂ ਦਿੱਤਾ, 10 ਵਜੇ ਇਹਨਾਂ ਉੱਥੇ ਪੇਸ਼ ਹੋਣਾ ਸੀ ਤਰੀਕ 'ਤੇ, ਦੇ ਕੇ ਉਹ ਗੱਡੀ ਜਿਹੜੀ ਥਾਣੇ ਬੰਦ ਕਰਾਈ, ਸਾਡੇ ਵਰਕਰਾਂ ਨੂੰ ਜਲੀਲ ਕਰਾਇਆ, ਉਹਦੇ ਤੇ ਅਸੀਂ ਇਹ ਮੰਗ ਕਰਦੇ ਹਾਂ ਪੁਲਿਸ ਜਿਹੜੀ ਝੂਠੀ ਉਹਨੇ ਤਲਾਹ ਦਿੱਤੀ ਉਹ ਤੇ ਬਣਦੀ ਕਾਰਵਾਈ ਕਰੇ, ਸਾਨੂੰ ਇਨਸਾਫ ਦਿਵਾਓ। ਉੱਥੇ ਹੀ ਇਸ ਸੰਬੰਧੀ SHO ਕਮਲਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਜਸਵੀਰ ਸੇ ਵਿਅਕਤੀ ਆ, ਉਹਨੇ 112 ਸਾਡਾ ਹੈਲਪਲਾਈਨ ਨੰਬਰ ਹੈ ਉੱਤੇ ਸ਼ਿਕਾਇਤ ਕੀਤੀ ਸੀ ਵੀ ਇੱਕ ਟਾਟਾ ਸਵਾਰੀ ਗੱਡੀ ਹੈ, ਉਹਦੇ ਵਿੱਚ ਕੋਈ ਵਿਅਕਤੀ ਨਜਾਇਜ਼ ਹਥਿਆਰਾਂ ਨਾਲ ਅਤੇ ਬਿਨਾਂ ਕਾਗਜ਼ਾਂ ਦੇ ਜਾ ਰਹੇ, ਜਿਸ ਸੰਬੰਧੀ ਰੋਕ ਕੇ ਉਹਨਾਂ ਨੂੰ ਚੈੱਕ ਕੀਤਾ ਗਿਆ, ਪਰ ਬਾਅਦ 'ਚ ਗੱਲ ਇਹ ਪਤਾ ਲੱਗੀ ਇਹਨਾਂ ਕੋਲ ਵੀ ਸਾਡਾ ਕੋਈ ਜ਼ਮੀਨ ਸੰਬੰਧੀ ਇੱਕ ਦੂਸਰੇ ਨਾਲ ਝਗੜਾ ਚੱਲਦਾ, ਅਸੀਂ ਤਰੀਕ 'ਤੇ ਜਾਣ ਡੇ, ਅਤੇ ਇਹ ਸਾਡਾ ਝਗੜੇ ਕਰਕੇ ਉਹਨੇ ਸਾਡੇ ਖਿਲਾਫ਼ ਝੂਠੀ ਕੰਪਲੇਂਟ ਕੀਤੀ, ਜਿਸ ਸੰਬੰਧੀ ਤਸਦੀਕ ਕੀਤੀ ਜਾ ਰਹੀ, ਜੋ ਵੀ ਸੱਚਾਈ ਹੋ ਅਨੁਸਾਰ ਕਾਰਵਾਈ ਕੀਤੀ ਜਾਊ। ਜਦੋਂ ਕੰਟਰੋਲ ਤੋਂ ਫੋਨ ਆਉਂਦਾ ਨਾਕਾਬੰਦੀ ਉਸ ਹਿਸਾਬ ਨਾਲ ਕੀਤੀ ਵੀ 10 ਵਜੇ ਤੱਕ ਇਹਨੇ ਗੱਡੀ ਨੇ ਇੱਥੋਂ ਲੰਘਣਾ, ਉਸ ਹਿਸਾਬ ਨਾਕੇਬੰਦੀ ਕੀਤੀ ਗਈ ਸੀ, ਤਸਦੀਕ ਕੀਤੀ ਜਾ ਰਹੀ।